ਅਪਰਾ ਕਤਲਕਾਂਡ ਵਿੱਚ ਜਿਨ੍ਹਾਂ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਵਿੱਚੋਂ ਬਲਜਿੰਦਰਜੀਤ ਸਿੰਘ ਪੁਟੇਲ ਪੁੱਤਰ ਮਲਕੀਤ ਸਿੰਘ ਬਾਸੀ ਲਾਂਡਰਾ ਦੇ ਪਰਿਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਿਲੌਰ ਪੁਲਿਸ 'ਤੇ ਦੋਸ਼ ਲਗਾਇਆ ਕਿ ਇੱਕ ਪੁਲਿਸ ਨੇ ਉਹਨਾਂ ਦੇ ਲੜਕੇ ਨੂੰ ਤਫਤੀਸ਼ ਲਈ ਬੁਲਾਇਆ ਸੀ ਪਰ ਉਹਨਾਂ ਨੂੰ ਬਾਅਦ 'ਚ ਪਤਾ ਲੱਗਾ ਕਿ ਉਹਨਾਂ 'ਤੇ ਨਜਾਇਜ਼ ਹਥਿਆਰ ਪਾ ਕੇ ਪਰਚਾ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਉਹਨਾਂ ਉੱਚ ਅਧਿਕਾਰੀਆਂ ਤੋਂ ਇਸ ਕੇਸ ਦੀ ਮੁੜ ਜਾਂਚ ਕਰਨ ਦੀ ਮੰਗ ਕੀਤੀ। ਦੂਜੇ ਪਾਸੇ ਜਦੋਂ ਐਸ ਪੀ ਅਮਰੀਕ ਸਿੰਘ ਚਾਹਲ ਤੋਂ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਜਿਹੜੇ ਲੜਕੇ ਫੜੇ ਗਏ ਹਨ ਉਹ ਇਸ ਕੇਸ ਵਿੱਚ ਦੋਸ਼ੀ ਹਨ। ਸਵੇਰੇ 9 ਵਜੇ ਤੁਸੀਂ ਲੈ ਕੇ ਆਏ? ਲੈ ਕੇ ਆਏ। ਕਿੱਥੇ ਅਪਰੇ ਗਏ? ਨਹੀਂ ਨਹੀਂ, ਇੱਥੇ ਪਰੌਠਾ ਆਣੇ ਲੈ ਕੇ। ਉਹ ਕਹਿੰਦੇ ਹੁਣ ਮੇਰਾ ਟਾਈਮ ਨਹੀਂ ਹੈਗਾ, ਤੇ ਤੁਸੀਂ ਸ਼ਾਮ ਨੂੰ 4 ਵਜੇ ਲੈ ਆਓ। ਅੱਛਾ, ਫੇਰ ਵਾਪਸ ਭੇਜਦਾ। ਅੱਛਾ, ਫੇਰ ਉਹ ਘਰ ਸੀ ਬਾਹਰ ਆ ਜੀ। ਹਾਂਜੀ, ਉਹ ਘਰ ਸੀ, ਉਹ ਘਰ ਸੀ। ਬਾਹਰ ਤੋਂ ਲੋਕੋ ਨਹੀਂ ਮੋਟਰ ਸਾਈਕਲ ਆ ਜਾਏ ਨਾ। ਕਿੰਨੇ ਵਜੇ? ਅਸੀਂ ਬਾਹਰ ਤੋਂ ਕਿੰਨੇ ਵਜੇ? ਅੱਛਾ, ਫੇਰ ਜੀ ਅੱਗੇ ਮੁੜ ਕੇ ਦੇ। ਇਹ ਮੁੜ ਕੇ ਸਾਡੇ ਨਾਲ ਕੋਈ ਫੋਨ ਤੇ ਨਹੀਂ ਸੀ। ਸਾਡੇ ਕੋਲ ਕੀ ਦੇ? ਦੋ ਜਣਾ ਕਦੀ ਵੀ ਨਾ ਸਾਡੇ ਘਰ ਨਾ ਸਾਡੇ ਕਦੇ ਨਾ ਕਦੀ ਕਦੀ ਪਾਣੀ ਦਾ ਘੁੱਟ ਨਹੀਂ ਬੋਲਿਆ ਕਦੀ। ਸਾਨੂੰ ਬੜਾ ਦੁੱਖ ਆ, ਜਿਹੜਾ ਰਾਮ ਸਰੂਪ ਅਪਰੇ ਤੋਂ ਮੁੰਡਾ ਮਰਿਆ ਜਿਹਦਾ ਕਤਲ ਹੋਇਆ ਉਹਦੇ ਸੰਬੰਧ ਵਿੱਚ ਅਸੀਂ ਅੱਜ ਪੈਸ ਅਤੇ ਫਲੋਰ ਆਏ ਹਾਂ ਕਿ ਸਾਡੇ ਦੋ ਬੱਚੇ, ਇੱਕ ਦਾ ਨਾਂ ਹਨੀ ਆ, ਇੱਕ ਨਾਂ ਬਰਿੰਦਰਜੀਤ, ਜੋ ਕਿ ਅਸੀਂ ਆਪ ਖੁਦ ਪੇਸ਼ ਕਰਾ ਕੇ ਗਏ ਹਾਂ, ਜਿਹਦੇ ਵਿੱਚ ਸਾਬਕਾ ਸਰਪੰਚ ਥੜੇ ਵਾਲੇ ਅਮਰੀਕ ਸਿੰਘ, ਉਹਦੇ ਨਾਲ ਆਏ 7-8 ਮੈਂਬਰ ਹੋਰ ਸੀਗੇ, ਮੈਂ ਲਾਂਡੜਾ, ਸਾਬਕਾ ਸਰਪੰਚ ਜੈਸਰ ਫਲੈਰ ਸਿੰਘ ਲਾਂਡੜਾ ਜੀ, ਅਤੇ ਮੇਰੇ ਨਾਲ ਪਿੰਡ ਦੇ ਸਾਰੇ ਮੋਹਤਵਾਰ ਸੀਗੇ ਆਏ ਸੀਗੇ, ਮੇਰੇ ਤੋਂ ਪਾਲਾ ਤੋਂ ਵੀ ਜਿਹੇ ਮੈਂਬਰ ਆਏ ਸੀਗੇ ਸਾਰੇ, ਅਤੇ ਸਾਰੇ ਇਕੱਠੇ ਹੋ ਗਏ 15-20 ਮੈਂਬਰ ਅਸੀਂ ਆਏ ਹਾਂ। ਪੁਲਿਸ ਕਹਿ ਰਹੀ ਅਸੀਂ ਔਜਲਿਆਂ ਤੋਂ ਫੜੇ ਬੰਦੇ, ਅਸੀਂ ਫੜਿਆ ਨਹੀਂ, ਅਸੀਂ ਇੱਦਾਂ ਕਰਨ ਜੇ ਪੁਲਿਸ ਵਾਲੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਮਾਰੇ ਹੱਥ ਰੱਖਾਂਗੇ ਜੋ ਕੇਸ ਪਾ ਦੇ ਸਾਨੂੰ ਕੋਈ ਤਰ੍ਹਾਂ ਆਏ। ਅੱਛਾ ਜੀ, ਹਾਂਜੀ, ਗੱਲ ਇਹ ਹੈ ਕਿ ਅਸੀਂ ਖੁਦ ਪੇਸ਼ ਕਰਾ ਕੇ ਹਾਂ, ਉਹਨਾਂ ਦੀ ਹਜ਼ੂਰੀ ਵਿੱਚ ਅਸੀਂ ਸਾਰੇ ਆਏ ਹਾਂ, ਸਾਰੇ ਮੈਂਬਰ ਖੜੇ ਸੀਗੇ, ਅਸੀਂ ਅੰਦਰ ਗਏ ਹਾਂ, SHO ਗਰਾਇਆ। ਜਦੋਂ ਤੁਸੀਂ ਪੇਸ਼ ਕਰਵਾਇਆ ਤੁਹਾਨੂੰ ਕੀ ਕਿਹਾ ਸੀ SHO? ਸਾਨੂੰ ਕਹਿੰਦਾ ਸੀ ਕਿ ਸ਼ਾਮ ਨੂੰ ਤੁਸੀਂ 7 ਬੱਚੇ ਲੈ ਜਾਓ ਆ ਕੇ, ਅਸੀਂ ਬਸ ਵੈਰੀਫਿਕੇਸ਼ਨ ਥੋੜ੍ਹੀ ਜਿਹੀ ਕਰਨੀ। ਪੇਸ਼ ਕਰਵਾ ਲਏ ਤੁਹਾਡੇ ਨਾਲ SHO ਨੇ ਸੰਪਰਕ ਕੀਤਾ ਸੀ? ਸਾਨੂੰ ਥਾਣੇ ਤੋਂ ਬੰਦੇ ਗਏ ਸੀ, ਸਾਨੂੰ ਨਹੀਂ ਪਤਾ ਲੱਗਾ, ਸਾਨੂੰ ਕਹਿੰਦੇ ਉੱਥੇ ਸੰਪਰਕ ਕੀਤੇ ਤੇ ਕਿ SHO ਜਾ ਕੇ ਮਿਲ ਲਓ। ਕਿਹੜੇ ਦਿਨ ਬੱਚੇ ਫੜੇ ਤੁਹਾਡੇ? ਫੜੇ 29, ਇਹਨੇ 30 ਨੂੰ ਫੜੇ। ਕੋਈ ਫੋਨ ਵੀ ਤੁਹਾਨੂੰ ਕੀਤਾ ਪੁਲਿਸ ਵਾਲਿਆਂ ਨੇ ਵੀ ਤੁਹਾਡੇ? ਪੁਲਿਸ ਵਾਲਿਆਂ ਨੇ ਸਾਨੂੰ ਫੋਨ ਨਹੀਂ ਆਇਆ, 29 ਨੂੰ ਸਾਨੂੰ ਇਹ ਬਗੈਰ ਇਹ ਕਹਿ ਰਹੇ ਸੀ, ਖਰੇ ਸਾਨੂੰ ਇਹ ਲੱਗਦਾ ਪਤਾ ਕਿ ਲਸਾੜੇ ਵਾਲਾ SHO ਇਹ SI ਜਿਹੜਾ ਆ ਲਸਾੜੇ ਵਾਲਾ, ਉਹ ਪਿੰਡ ਗਿਆ ਸੀ ਕਿ ਇਹਨਾਂ ਬੱਚਿਆਂ ਨੂੰ ਉੱਥੇ ਪੇਸ਼ ਕਰ। ਕਿਹਦੇ ਥਰੂ ਪੇਸ਼ ਕਰਾਏ ਸੀ ਤੁਸੀਂ? ਅਸੀਂ ਆਪਣੇ ਖੁਦ ਪੰਚਾਇਤ ਦੇ ਦਾ ਨਹੀਂ, ਤੁਸੀਂ ਪ੍ਰੈਸ ਕਾਨਫਰੰਸ ਕਿ MLA ਦਾ ਨਾਲ ਲਿਆ ਸੀਗਾ? ਉਹ MLA ਖਹਿਰਾ ਜਿਹੜਾ ਸੀਗਾ ਉਹਦੇ ਰਾਹੀਂ ਅਮਰੀਕ ਸਿੰਘ ਗਿਆ ਸੀ, ਇਹਨੇ ਉਹਨਾਂ ਨਾਲ ਕੰਟੈਕਟ ਕੀਤਾ ਸੀਗਾ ਕਿ ਉਹ ਇਹ ਮੁੰਡਾ ਖਹਿਰੇ ਨੇ ਕੀ ਕਿਹਾ ਤੁਹਾਨੂੰ? ਇਹਨੇ ਕਿਹਾ ਕਿ ਮੈਂ SHO ਨਾਲ ਗੱਲਬਾਤ ਕਰ ਲਈ ਆ ਕਿ ਕੋਈ ਧੱਕਾਸ਼ਾਹੀ ਨਹੀਂ ਹੋਊਗੀ, ਕਿ ਉਹ ਕਹਿੰਦੇ ਕਿ ਬੱਚੇ ਸਭ ਵੈਰੀਫਿਕੇਸ਼ਨ ਕਰਕੇ ਛੱਡ ਦਿੰਦੇ। ਇਸੇ ਕੇਸ 'ਚ ਉਹਨੇ ਕਿਹਾ ਸੀਗਾ? ਹਾਂ, ਇਸੇ ਕੇਸ ਦੇ ਵਿੱਚ ਕਿਹਾ ਸੀਗਾ ਅਸੀਂ ਮੌਜੂਦਾ ਕਰਾਇਆ ਵਾਲਾ। ਸਾਨੂੰ ਲੱਗਦੀ ਕਿ ਧੜੇਬਾਜ਼ੀ ਆ, ਜੋ ਕਾਂਗਰਸ ਅਸੀਂ ਕਰਦੀ ਹਾਂ ਸਿੱਧੀ ਗੱਲ 'ਤੇ, ਸਾਨੂੰ ਪੂਰਾ ਪਰੂਫ ਆ ਜੋ ਸਾਡੇ ਨਾਲ ਹੋਇਆ, ਬਿਲਕੁਲ ਪਰੂਫ, ਬੱਚੇ ਸਾਡੇ ਆਪਣੇ ਪਿੰਡ ਆ, ਫੜੇ ਆ, ਫੜੇ ਸਾਨੂੰ ਤਾਂ ਦੂਜੇ ਦਿਨ ਜਾ ਕੇ ਫੜਿਆ, ਕਤਲ ਹੋਇਆ ਇੱਕ ਦਿਨ ਪਹਿਲਾਂ। ਇਹਦੇ ਵਿੱਚ ਰਾਜਨੀਤੀ ਵੀ ਲੱਗਦੀ? ਰਾਜਨੀਤੀ ਫੁੱਲ ਆ ਜੀ, ਇੱਥੇ ਫੁੱਲ ਕਹਿੰਦੇ ਆ ਉਹ ਕਿੱਦਾਂ, ਕਿਉਂਕਿ ਇਲੈਕਸ਼ਨ ਉੱਧਰ ਸੀਗਾ, ਇਲੈਕਸ਼ਨ ਵਿੱਚ ਇਹਨਾਂ ਬੱਚਿਆਂ ਨੇ ਦੂਸਰਾ ਸੀਗਾ ਬੂਥ ਲਾਇਆ ਸੀ, ਸਿੱਧੀ ਗੱਲ ਹੈ ਪਿੰਡ ਦੇ ਵਿੱਚ। ਘਟਨਾ ਵਾਲੇ ਦਿਨ ਬੱਚੇ ਉੱਥੇ ਜਦੋਂ ਤੁਹਾਡੇ ਕੋਲ ਸੀ ਜਾਂ ਤੁਸੀਂ ਉਹਨਾਂ ਨੂੰ ਮਿਲੇ ਸੀ, ਕਿੱਥੇ ਸੀ ਬੱਚੇ? ਮੇਰੇ ਸਕੂਲ ਅਸੀਂ ਬੈਠੇ, ਬੂਥ ਲੱਗਾ ਜੀ ਉੱਥੇ ਸਾਰੇ ਅਸੀਂ। ਨਹੀਂ ਨਹੀਂ, ਜਿੱਦਣ ਘਟਨਾ ਵਾਲੇ ਦਿਨ ਘਟਨਾ ਦਾ ਤਾਂ ਸਕੂਲ, ਸਾਡਾ ਬੱਚਾ ਪਹਿਲਾਂ ਸਕੂਲ ਤੋਂ ਬੱਸ ਜਿਹੜੀ ਆਉਂਦੀ ਹੈ ਸਾਡੇ ਖੂਹ 'ਤੇ ਖੜ੍ਹਦੀ ਹੈ, ਉਹਦੇ ਵਿੱਚ 2 ਵਜੇ ਆਇਆ। ਇਹ ਵੀ ਖੂਹ 'ਤੇ ਮੌਜੂਦ ਸੀਗੇ ਜਦੋਂ? ਅਸੀਂ ਸਾਰੇ ਉੱਥੇ ਮੌਜੂਦ ਸੀਗੇ, ਮੇਰਾ ਬੇਟਾ ਅਤੇ ਗਰੋਤੇ ਜੀ ਪਿੰਡ ਦੇ, ਅਸੀਂ 8-10 ਬੰਦੇ ਤਾਸ਼ ਖੇਲਣ ਵਾਲੇ ਆ ਜਾਂਦੇ ਆ ਉੱਥੇ ਰਹਿ, ਉਹ ਉੱਥੋਂ ਉਤਰ ਕੇ ਵੀ ਉੱਥੇ ਤਾਸ਼ ਖੇਲਣ, ਆਪਾਂ ਤਾਂ 4 ਵਜੇ ਪੱਠੇ ਪਾਉਂਦੇ ਆ। ਜਦੋਂ ਤੁਸੀਂ ਬੱਚੇ, ਤੁਹਾਨੂੰ ਪਤਾ ਲੱਗਿਆ ਸਾਡੇ ਬੱਚੇ ਫਸ ਗਏ ਆ, ਫਿਰ ਤੁਸੀਂ ਪੁਲਿਸ ਨਾਲ ਸੰਪਰਕ ਕੀਤਾ? ਅਸੀਂ SHO ਨਾਲ ਕਰਦੇ ਹਾਂ, SHO ਕਹਿੰਦਾ ਕਿ ਇਨਸਾਫ ਹੋਊਗਾ ਕਿ ਕੋਈ ਧੱਕੇਸ਼ਾਹੀ ਨਹੀਂ ਹੋਗੀ, ਕਿ ਅਸੀਂ MLA ਤਾਂ ਸਾਨੂੰ ਡਰ ਨਹੀਂ ਸੀ ਕੋਈ ਵੀ, ਸਾਡੇ ਬੱਚੇ ਕੋਈ ਗਲਤ ਨਹੀਂ ਹੈਗੇ। ਹੁਣ ਵੀ ਅਸੀਂ ਇਹ ਕਹਿੰਦੇ ਅਸੀਂ ਜਿਹੜਾ ਮੁੱਕਾਇਆ ਸੀ ਉਹਦਾ ਵੀ ਹਮਦਰਦੀ ਆ ਸਾਡੀ, ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਅਸੀਂ ਇਹ ਕਹਿੰਦੇ ਅਸੀਂ ਕਹਿੰਦੇ ਸਾਡੇ ਬੱਚਿਆਂ ਨਾਲ ਵੀ ਧੱਕਾ ਹੋ ਰਿਹਾ। ਹੁਣ ਤੁਹਾਡੀ ਕੀ ਮੰਗ ਆ? ਸਾਡੀ ਇਹ ਹੈ ਕਿ ਅਸੀਂ ਕੋਈ ਇਨਕੁਆਇਰੀ ਲਾਵਾਂਗੇ, ਜੇ ਇਨਕੁਆਇਰੀ ਨਾ ਚੱਲੂਗੀ ਅਸੀਂ ਕੋਰਟ ਦਾ ਸਹਾਰਾ ਲਵਾਂਗੇ, ਆਖਰੀ ਹਾਲਤ ਸਾਡਾ ਇਹੀ ਹੈ। ਅਤੇ ਮਰਡਰ ਦਾ ਕੇਸ ਜਿਹੜਾ ਦਰਜ ਹੋਇਆ ਸੀ 25 ਤਰੀਕ ਨੂੰ, ਉਹ 'ਚ ਬੜੀ ਨਿਰਪੱਖ ਜੀ ਔਰ ਬੜੀ ਸਿੱਟ ਨੇ ਜਿਹੜੀ ਇਹ ਜਿਹੜੀ ਆਪਣੇ ਤਫਤੀਸ਼ ਕੀਤੀ ਆ ਸਾਰੀ, ਔਰ ਇਹਦੇ ਵਿੱਚ ਜਿਹੜੇ ਆ ਹਰਜਿੰਦਰ ਅਤੇ ਬਰਜਿੰਦਰ ਦੋ ਨਾਂ ਜਿਹੜੇ, ਹਰਜਿੰਦਰ ਹਨੀ ਜਿਹੜਾ ਆ,
ਇਹ ਦੋ ਬੰਦੇ ਜਿਹੜੇ ਮੁੰਡੇ ਹੈਗੇ ਨੇ ਇਹ ਲਾਂਧਰਾ ਦੇ ਰਹਿਣ ਵਾਲੇ ਆ ਇਹ ਮਤਲਬ ਇਸ ਕੇਸ ਦੇ ਵਿੱਚ 101% ਜਿਹੜੇ ਇਹਦੇ ਵਿੱਚ ਇਨਵੋਲਵ ਨੇ ਇਹਦੇ ਵਿੱਚ ਕੋਈ ਕਿਸੇ ਦਾ ਨਹੀਂ ਆਈ ਨਾ ਨਹੀਂ ਹੈ ਠੀਕ ਹੈ ਜੀ।